ਲੋ ਜੀ ਬਾਈ, ਇੱਧਰ ਕਬੂਟਾ ਵਾਲਿਆਂ ਨੇ ਔਫਰਾਂ ਲਾਈਆਂ ਹੋਈਆਂ, ਕਹਿੰਦੇ ਜੀ ਸਾਡਾ ਟਰੈਕਟਰ ਲਓ ਅਤੇ ਨਾਲ ਤੁਹਾਨੂੰ ਆਈਫੋਨ 16 ਫ੍ਰੀ ਮਿਲੂਗਾ, 45.01, 9,85,000 ਰੇਟ। ਬਾਕੀ ਬਾਈ ਜਿੱਥੇ ਤੱਕ ਮੈਨੂੰ ਨੌਲੇਜ ਆ, ਤੁਹਾਡਾ ਟਰੈਕਟਰ ਦਾ ਰੇਟ ਵੀ ਐਕਸਟਰਾ ਲਾਇਆ ਹੋਇਆ ਵਿੱਚੇ ਇਹਨਾਂ ਨੇ, ਉੱਦਾਂ ਟਰੈਕਟਰ ਜੇ ਆਪਾਂ ਸਿੱਧਾ ਲੈਂਦੇ ਤਾਂ ਟਰੈਕਟਰ ਘੱਟ ਮਿਲ ਜਾਂਦਾ। ਬਾਕੀ ਹਰੇਕ ਕੰਪਨੀ ਬਾਈ ਆਪਣਾ ਚੀਜ਼ ਪ੍ਰੋਡਕਟ ਵੇਚਣ ਵਾਸਤੇ ਬਹੁਤ ਕੁਛ ਕਰਦੀ ਆ, ਠੀਕ ਆ ਜੀ। ਅਤੇ ਆਹ ਇਹਨਾਂ ਦਾ ਸਿੰਪਲ ਟਰੈਕਟਰ ਹੈ, 2-wheel ਡਰਾਈਵ ਦੇ ਵਿੱਚ 45.01। ਟਰੈਕਟਰ ਵਧੀਆ ਨੇ ਬਾਈ, ਸਾਇਲੈਂਟ ਟਰੈਕਟਰ ਨੇ। ਅਤੇ ਹੁਣ ਜਿੱਦਾਂ ਪਿੱਛੇ ਤੁਸੀਂ ਲੌਸਮੈਂਟ ਵੀ ਸੁਣ ਰਹੇ ਆ, ਇਹ ਕਹਿੰਦੇ ਆ ਵੀ ਖਰਚਾ ਬਹੁਤ ਘੱਟ ਹੈ, ਸਾਇਲੈਂਟ ਹੈ, ਉਹ ਨਹੀਂ ਹੈਗਾ। 75 ਕਸਟਮਰ ਉਸਦੇ ਬੁਕਿੰਗ ਕਰਾ ਕੇ ਲੋ ਜੀ ਬਾਈ ਆਈਫੋਨ 16 ਸਕੀਮ ਦਾ ਫਾਇਦਾ ਲਿਆ ਜੀ। ਆਹ ਮਾਡਲ ਸਭ ਤੋਂ ਵੱਧ ਵਿਕਦੇ ਨੇ, ਟਰੈਕਟਰ ਕਰਾਓ ਬੁੱਕ 54,000 ਨੂੰ ਥੋੜਾ ਲੈ ਜਾ ਨਾਲ। ਹਿੰਦੁਸਤਾਨ ਦਾ ਪਹਿਲਾ ਇਹਦੇ ਵੀ ਆਈਫੋਨ 16 ਬਾਈ ਪਾਸ ਕਰਨ ਵਾਲਾ ਟਰੈਕਟਰ, 11,75,000 ਰੁਪਏ ਰੇਟ ਆ ਬਾਈ। ਆਪ ਚਲਾਓ ਟਰੈਕਟਰ, ਠੀਕ ਆ ਜੀ, ਆਰਾਮ ਸੇ ਲੈ ਬਾਈ, ਆਰਾਮਦਾਇਕ ਟਰੈਕਟਰ, ਕਬੋਟਾ ਟਰੈਕਟਰ। 75 ਟਰੈਕਟਰ ਦੇਤੇ ਕਹਿੰਦੇ ਮੇਲੇ ਮੇਲੇ ਤੇ, ਕਬੋਟਾ 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 ਲੈ ਜਾਓ, ਕਬੋਟਾ ਫਾਇਦਾ ਹੋਊਗਾ ਮੋਟਾ। ਕਰੋ ਜੀ ਗੱਲ, ਕਬੋਟਾ 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 ਆ ਛੋਟਾ ਬਾਈ ਗੰਨੇ ਵਾਲਾ, 4.5 lakh ਆ, 4-wheel ਡਰਾਈਵ ਦੇ ਫਾਇਦਾ ਹੋਊਗਾ ਮੋਟਾ, ਫਾਇਦਾ ਹੋਊ ਮੋਟਾ। ਟਰੈਕਟਰ ਕਰਾਓ ਬੁੱਕ ਤੇ ਆਈਫੋਨ ਲੈ ਜਾਓ ਨਾਲ। ਇਹ ਗੰਨੇ ਵਿੱਚ ਆ ਬਾਈ, ਜਿੱਦਾਂ ਛੋਟੇ ਮੋਟੇ ਕੰਮ ਵਾਸਤੇ ਲੈਣਾ, ਟਰੈਕਟਰ ਦੇ ਨਾਲ ਆਈਫੋਨ 16 ਫ੍ਰੀ, ਮੇਲੇ ਦੇ ਟਰੈਕਟਰ ਬੁੱਕ ਕਰਾਓ, ਆਈਫੋਨ 16 ਨਾਲ ਲੈ ਕੇ ਜਾਓ। ਕਰੋ ਜੀ ਗੱਲ। ਇੱਧਰ ਬਾਈ ਸਾਧੂ ਸਿੰਘ ਸੰਗਰੀ ਵਾਲੇ, ਇਹਨਾਂ ਦੇ ਵੀ ਪ੍ਰੋਡਕਟ ਬਹੁਤ ਸੋਹਣੇ ਹੁੰਦੇ ਨੇ ਬਾਈ, ਰੇਟ ਵੀ ਫੁੱਲ ਨੇ ਬਾਈ ਚੀਜ਼ਾਂ ਦੇ, ਇਹੋ ਜਿਹੀ ਗੱਲ ਨਹੀਂ ਕਿ ਆਹ ਦੇਖੋ 17 ਕਲਟੀਵੇਟਰ 1,25,000 ਫੁੱਲੀ ਹਾਈਡਰੋਲਿਕ ਹੈ ਬਾਈ, ਠੀਕ ਆ ਜੀ। ਵਿੱਚ ਵਿੱਚ ਤਾਂ ਕੰਪਨੀ ਹੈਗੀਆਂ ਦੇਖੀਆਂ ਬਾਈ, ਜਿਹੜੀਆਂ ਕਦੇ ਦੇਖੀਆਂ ਵੀ ਨਹੀਂ ਹੈਗੀਆਂ, ਪਹਿਲੀ ਵਾਰ ਦੇਖ ਰਹੇ ਹਾਂ। ਸੇਖੋ ਇੰਦਰਪਾਲ ਕੌਰ ਯਾਰ, ਦੇਖੋ ਪਾਣੀ ਵਾਲਾ ਬਾਈ, ਜਿੱਦਾਂ ਸਪਰੇਅਰ 23,000 ਰੁਪਇਆ ਬਾਈ, ਇਹਦੇ ਨਾਲ ਤਾਂ ਆਪਾਂ ਨੇ ਘਰ ਤਿਆਰ ਕਰਿਆ ਜਗਾੜ ਬਾਈ, ਬਹੁਤ ਰੇਟ ਵਿੱਚ ਤਿਆਰ ਹੋ ਗਿਆ। 4,500 ਦਾ ਪੰਪ ਆਇਆ ਸੀਗਾ ਜੀ, ਆਹ ਨਾ 3,500-3,600 ਦਾ, ਬਾਕੀ ਮੋਟਰ ਉਹਨੇ ਕੋਲ ਸੀਗੀ, ਠੀਕ ਹੈ ਜੀ। ਇਹਨਾਂ ਦੇ ਬਾਈ ਛੋਟੇ ਪ੍ਰੋਡਕਟ ਨੇ ਦੇਖੋ, ਦਸ਼ਮੇਸ਼ ਵਾਲਿਆਂ ਦੇ ਸਟਾਲ ਆ ਗਏ, ਆਪਣਾ ਨਾਮ ਬਣਾਉਣ ਵਾਲਾ ਕਾਲਾ ਬਾਈ ਵੀ ਬੜਿਆ ਪਿਆ ਵੀਡੀਓ ਬਣਾਉਣ, ਬੜਾ ਵੇਲਰ ਆ ਬਾਈ ਮਾਸ਼ੀਓ ਦਾ, ਠੀਕ ਹੈ ਜੀ, ਬੜੀ ਇਕੱਠ ਬਣਾਉਂਦਾ ਆ ਰੈਕ ਹੈ। ਇਹਨੂੰ ਬਾਈ ਬੜਾ ਰੇਟਰ ਚਲਾਊਗਾ, ਘੱਟ ਦੇ ਘੱਟ ਵੀ 200 HP ਦਾ, ਬਾਈ ਲਾਡੀ ਮਿਲ ਗਿਆ ਸਾਨੂੰ ਦਸ਼ਮੇਸ਼ ਵਾਲਿਆਂ ਦੇ ਉਹਦੇ ਵਿੱਚ। ਉਹ ਲਾਡੀ ਵੀਰੇ ਵਧੀਆ ਵੀਰੇ, ਠੀਕ ਠਾਕ, ਦੇਖ ਲਾ ਤੇਰੇ ਦਰਸ਼ਨ ਇੱਥੇ ਹੋਣੇ ਦੇ ਮੇਲੇ ਪਰ ਅੱਜ। ਹੋਰ ਕਿਆ ਬਾਈ, ਤੇ ਪੈਸੇ ਆਪਣਾ ਸ਼ਕਤੀਮਾਨ ਦੀ ਸਟਾਲ ਆ, ਫਿਰਦਾ ਤੂੰ ਦਸ਼ਮੇਸ਼ ਵਾਲਿਆਂ ਕੋਲ ਬਾਈ, ਘੁੰਮ ਕੇ ਦੇਖਣਾ ਚਾਹੀਦਾ ਨਾ ਸਾਰਾ ਵੀ ਕਿਹੜੇ ਦੇ ਵਿੱਚ ਕੀ ਆ ਹਨਾ। ਅੱਛਾ ਲਾਡੀ ਵੀਰੇ, ਵੀਡੀਓ ਦਾ ਵੈਸੇ ਮੈਂ ਕਿੱਦਾਂ ਬਣਾ ਰਿਹਾ, ਮੈਂ ਕਿਹਾ ਪਰ ਤੁਹਾਨੂੰ ਪਤਾ ਨੌਲੇਜ ਹੈ ਨਹੀਂ ਪ੍ਰੋਪਰ ਸੰਦਾਂ ਬਾਰੇ, ਠੀਕ ਹੈ, ਤੇ ਆ ਜਾ ਮਾੜਾ ਦਿਖਾਈਏ ਤੂੰ ਮਾੜਾ ਮੋਟਾ, ਦੱਸ ਭਰਾ ਵਧੀਆ 34 ਲੱਖ ਦੀ ਹੈ ਨਾ ਵੀਰੇ,
34 lakh ਦੀ ਆ ਵੀਰੇ। ਬਾਕੀ ਇਹਨਾਂ ਦੀ ਕੁਆਲਿਟੀ ਵਧੀਆ ਤਰ੍ਹਾਂ ਆ ਕੇ ਜੰਮੂ ਕੰਬਾਈਨ ਦੀ ਦਸ਼ਮੇਸ਼ ਦੀ। ਠੀਕ ਆ ਵੀਰੇ, ਠੀਕ ਆ ਬਾਈ, ਲੁੱਕ ਤਾਂ ਦੇਖ ਤੂੰ ਐਲਾਂ ਦੀ ਵੀਰੇ, ਬਹੁਤ ਆ ਬਾਈ ਕੰਬਾਈਨ ਦਾ। ਹਾਂ ਗੱਲ ਤਾਂ ਸਹੀ ਆ। ਅੱਛਾ ਉੱਧਰ ਚੱਲੀਏ ਮਾੜਾ ਜਿਹਾ ਫਿਰ ਐਗਰੀ ਜ਼ੋਨ ਵਾਲਿਆਂ ਦੇ ਜਾਂ ਇਹਨਾਂ ਦੇ ਕਾਮਯਾਬ ਹੈ। ਠੀਕ ਆ। ਜ਼ਿਆਦਾ ਵਿਕ ਰਹੀ ਆ ਉਹ ਹੈਗੀ ਆ ਫਾਰਮ ਲਾਈਨ ਦੀ। ਫਾਰਮ ਲਾਈਨ ਦੀ, ਠੀਕ ਆ। ਉਹ ਜ਼ਿਆਦਾ ਥੋੜੀ ਜਿਹੀ ਸੇਲ ਹੋ ਰਹੀ ਆ ਫਾਰਮ ਲਾਈਨ। ਠੀਕ ਆ, ਅਜੇ ਉੱਧਰ ਦਿਖਾਈਏ ਮਾੜਾ ਜਿਹਾ। ਇਹ ਬਾਈ ਐਗਰੀ ਜ਼ੋਨ ਤੇ ਜਿਹੜੇ ਲੈਂਡ ਫੋਰਸ ਆ ਇਹ ਨਾਲੇ ਕਹੀ ਜਾਂਦੇ ਇੱਕੋ ਬ੍ਰਾਂਡ ਆ ਇਹ। ਲੈਂਡ ਫੋਰਸ ਅਲੱਗ ਆ, ਇਹ ਅਲੱਗ ਆ। ਅੱਛਾ, ਐਗਰੀ ਜ਼ੋਨ ਦੀ ਉਹ ਪਰੇ ਆ, ਉਹ ਅਲੱਗ ਆ। ਅੱਛਾ, ਇਹ ਬਾਈ ਲੈਂਡ ਫੋਰਸ ਆ ਗਿਆ ਬਕਰਾਂ ਦੇ ਬਾਈ ਜੀ, ਮਨੀ ਬਾਈ, ਮਨੀ ਸੰਧੂ, ਖਤਰ ਬਤਰ ਅੱਡੀ ਦਿਖਾਈਏ ਸੁਪਰ ਸੀਡਰ ਆ ਬਾਈ। ਹਰੇਕ ਕੰਪਨੀ ਦੇ ਖੜੇ ਆ ਲਚਣੇ ਦੱਸਦੇ ਇਹਦਾ ਵੀ ਬੜਾ ਰੋਟਾਵੇਟਰ ਆ ਬਾਈ, 7 ਫੁੱਟ ਵਾਲਾ ਅੱਡੀ ਹੈ ਨਾ, ਡਬਲ ਡਿਸਕ ਆ। ਡਬਲ ਡਿਸਕ, ਠੀਕ ਆ। ਇਹਨਾਂ ਨੇ ਲੱਗ ਲੱਗ ਕਰਕੇ ਖੜਾਇਆ ਆ ਅੱਡੀ। ਇਹਨਾਂ ਦਾ ਬੇਲਰ ਕਿਵੇਂ ਵਿਕਦਾ ਬਾਈ ਦਸ਼ਮੇਸ਼ ਦਾ? ਕਿਸੇ ਚ ਘੱਟ ਆਉਂਦੀ, ਸਹੀ ਗੱਲ ਆ। ਸਰਵਿਸ ਇੱਕ ਨੰਬਰ ਆ, ਉਹ ਬੇਲਰ ਕਾਮਯਾਬ ਆ। ਜੱਗੂ ਦੇਖ ਬਾਈ, ਜਿਹੜਾ ਬੇਲਰ ਦਾ ਕੰਮ ਆ 20-25 ਦਿਨ ਦਾ ਹੁੰਦਾ, ਜ਼ਿਆਦਾ ਨਹੀਂ ਹੁੰਦਾ, ਵੱਧ ਤੋਂ ਵੱਧ ਮਹੀਨਾ ਲੱਗਦਾ। ਸਹੀ ਗੱਲ ਆ ਬਾਈ, 20-25 ਦਿਨ ਦੇ ਵਿੱਚ ਆਪਾਂ ਲੱਖਾਂ ਦਾ ਕੰਮ ਕਰਦਾ ਹੁੰਦਾ। ਬਿਲਕੁਲ, ਹੁਣ ਇੱਕ ਦਿਨ ਵੀ ਜੇ ਉਹਦੇ ਵਿੱਚ ਤਾਂ ਘੰਟਾ ਖੜਿਆ ਵੀ ਦੁਖਦਾ ਹੈ ਨਾ। ਜਦੋਂ ਸਰਵਿਸ ਨਹੀਂ ਮਿਲਣੀ, ਕਈ ਵਾਰ ਦਿਹਾੜੀ ਖੜਾ ਰਹਿੰਦਾ, ਦਿਹਾੜੀ ਰਹਿੰਦੀ ਆ। ਠੀਕ ਹੈ ਗੱਲ ਬਾਈ, ਉਹ ਕੰਮ ਬਹੁਤ ਦਿਲ ਨੂੰ ਦੁੱਖ ਲੱਗਦਾ। ਸਹੀ ਗੱਲ ਆ ਵੀਰੇ, ਇੱਕ ਆਪਾਂ 17-18 lakh ਰੁਪਈਆ ਖਰਚਿਆ ਵੀ ਹੁੰਦਾ। ਹਾਂ, ਕਿਸੇ ਕੋਲ ਹੁੰਦਾ ਤਾਂ ਹੈ ਨਹੀਂ, ਆਪਾਂ ਵੀ ਲੋਨ ਏ ਕਰਾਇਆ ਹੁੰਦਾ। ਬਿਲਕੁਲ ਬਿਲਕੁਲ, ਜਿਹੜੀ ਮਰਜ਼ੀ ਕੰਪਨੀ ਦਾ ਲਓ। ਹਾਂ, ਤੇ ਮੈਂ ਸ਼ਕਤੀਮਾਨ ਜਾਵੇ ਇਹ ਨਹੀਂ ਕਹਿੰਦਾ, ਸ਼ਕਤੀਮਾਨ ਦਾ ਲਓ। ਹਾਂ, ਜਿਹੜੀ ਚੀਜ਼ ਤੁਹਾਨੂੰ ਬੈਸਟ ਲੱਗਦੀ ਹੈ, ਜਿਹੜੀ ਸਰਵਿਸ ਤੇਜ ਆ, ਹਾਂ ਉਹ ਉਹਦਾ ਲਓ, ਉਹ ਲਓ। ਸਹੀ ਗੱਲ ਆ ਬਾਈ, ਵਧੀਆ ਗੱਲ ਕਹੀ ਬਾਈ ਲਾਡੀ ਬਾਈ ਨੇ। ਬਾਕੀ ਆਹ ਇਹਨਾਂ ਦਾ ਲਾਡੀ ਬਾਈ ਆ ਮੱਕੀ ਵਾਲੀ ਹੈ ਨਾ ਇਹ ਬਾਈ, ਮੱਕੀ ਦੇ ਚਾਰੇ ਟੋਕੇ ਵਾਲੀ ਆ। ਇਹਦੇ ਵਿੱਚ ਜੇ ਲੈਣੀ ਹੋਵੇ, ਹਾਂ ਇਹਦੇ ਵਿੱਚ ਗੱਲਾਂ ਦਾ ਧਿਆਨ ਰੱਖੋ। ਲੈਣ ਲੱਗੋ ਉਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜੀ ਮਸ਼ੀਨ ਤੁਹਾਡਾ ਟੋਕਾ ਕਰ ਰਹੀ ਆ, ਹਾਂ ਉਹਦੇ ਵਿੱਚ ਜਿਹੜਾ ਮੱਕੀ ਦਾ ਦਾਣਾ ਆਪਾਂ ਕਹਿੰਦੇ ਆਪਾਂ ਮੱਕੀ ਦਾ ਦਾਣਾ ਵੱਧ ਤੋਂ ਵੱਧ ਲੈਂਦੇ ਹਾਂ। ਹਾਂ, ਜਦੋਂ ਉਹ ਸਾਫਤਾ ਚੱਲਦਾ ਡੰਗਰਾਂ ਦੇ ਗੋਬਰ ਦੇ ਰਾਹੀਂ ਵੀ ਉੱਦਾਂ ਹੀ ਸਾਫਤਾ ਚਲੇ ਜਾਂਦਾ, ਨਿਕਲ ਜਾਂਦਾ। ਹਾਂ, ਮਸ਼ੀਨ ਉਹ ਲਓ ਜਿਹੜੀ ਉਹਨੂੰ ਦਾਣੇ ਨੂੰ ਟੱਚ ਕਰਦੀ ਆ, ਕਰਸ਼ ਕਰਦੀ ਆ, ਜਿਹੜੀ ਦਾਣਾ ਦਾਣੇ ਨੂੰ ਭੋਰਦੀ ਹੋਵੇ। ਮਸ਼ੀਨ ਲਾਉਂਗੇ, ਹਾਂ ਉਹ ਅਚਾਰ ਪਾਉਂਗੇ, ਹਾਂ ਤਾਂ ਜਿਹੜਾ ਤੁਹਾਡਾ ਦਾਣਾ ਵਾ ਉਹ ਫੀਡ ਦਾ ਕੰਮ ਕਰਦਾ ਡੰਗਰਾਂ ਦੇ। ਅੱਛਾ, ਉਹਦਾ ਫੀਡ ਦਾ ਖਰਚਾ ਵੀ ਘੱਟ ਜਾਂਦਾ ਉਸ ਚੀਜ਼ ਨਾਲ। ਠੀਕ ਆ, ਉਹ ਡੰਗਰ ਨੂੰ ਲੱਗਣ ਲੱਗ ਜਾਂਦਾ। ਠੀਕ ਆ ਬਾਈ, ਆਪਾਂ ਜਾ ਰਹੇ ਇਸ ਕਰਕੇ ਪਾਉਂਦੇ ਆ ਵੀ ਉਹਨੂੰ ਤਾਕਤ ਮਿਲੇ ਦਾਣਿਆਂ ਦੀ। ਸਾਡੀ ਬਾਈ ਰੇਟ ਤਾਂ 45 lakh ਰੁਪਈਆ ਰੇਟ ਆ, ਇਹਨੂੰ ਹਰੇਕ ਬੰਦਾ ਥੋੜੀ ਵਾ ਐਫਰਟ ਕਰ ਲੂਗਾ। ਵੱਡੀਆਂ ਵੱਡੀਆਂ ਫੈਕਟਰੀਆਂ ਵੀ ਨਹੀਂ ਇਹਨੂੰ ਲੈ ਸਕਦੀਆਂ, ਨਹੀਂ ਲੈ ਸਕਦੀਆਂ। ਇੱਕ ਬੰਦਾ ਲੈ ਲੈਂਦਾ, ਉਹ 4-5 ਫੈਕਟਰੀਆਂ ਨਾਲ ਕੰਟੈਕਟ ਕਰਕੇ ਲੈਂਦਾ ਵੀ ਤੁਹਾਡਾ ਚਾਰ ਅਸੀਂ ਪਾਉ। ਠੀਕ ਆ ਵੀਰੇ, ਠੀਕ ਆ, ਸਹੀ ਗੱਲ ਆ ਬਾਈ। ਬਾਕੀ ਜਿਹੜੀ ਅਚਾਰ ਦੇ ਵਿੱਚ ਜਿਹੜੀ ਕਾਮਯਾਬ ਮਸ਼ੀਨ ਆ ਉਹ ਚੈਨੀ ਵਾਲਿਆਂ ਦੀ ਕਹਿੰਦੇ ਆ, ਜਿਹੜੀ ਭੱਟੀ ਕਿਹੜੀ ਆਉਂਦੀ ਆ ਚੈਨੀ ਵਾਲਿਆਂ ਦੀ। ਅੱਛਾ, ਜਿਹੜੀ ਬੜੀਆਂ 'ਚ ਆਉਂਦੀ ਆ 40 lakh 42 lakh, ਠੀਕ ਆ, ਉਹ ਚੈਨੀ ਵਾਲਿਆਂ ਦੀ ਕਾਮਯਾਬ ਕਹਿੰਦੇ ਆ, ਉਹ ਕਾਮਯਾਬ ਆ। ਠੀਕ ਆ ਵੀਰੇ, ਠੀਕ ਆ, ਇਸ ਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਜਿਹੜਾ ਇਸ ਦੇ ਨਾਲ ਕਿਆ ਇੰਪਲੀਮੈਂਟ
3 ਟਾਈਮ ਸਬਸੋਇਲਰ ਹੈਵੀ ਡਿਊਟੀ ਸਬਸੋਇਲਰ ਕਾਮਯਾਬ ਹੈ ਕਿ ਨਹੀਂ ਤਬੀਆਂ ਵਾਲੇ ਬਾਈ ਜਿਸ ਮਿੱਟੀ ਦੇ ਵਿਚ ਆਪਾਂ ਜੰਮੇ ਪਲੇ ਆ ਮੈਂ ਜਦ ਦੁਨੀਆ ਤੋਂ ਜਾਵਾਂ ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹੰਡਾਵਾਂ ਉਹ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ।